ਸਤਿ ਸ਼੍ਰੀ ਅਕਾਲ ਦਿਸੜਾ ਕਾਸਟਿਕ ਨੰਦਾ ਤੁਸੀਂ ਦੇਖ ਰਹੇ ਹੋ ਗੱਭਰੂ ਟੀਵੀ ਪੰਜਾਬੀ ਫਿਲਮਾਂ ਦਾ ਸਾਨੂੰ ਹਮੇਸ਼ਾ ਇਹੀ ਕੰਪਲੇਂਟ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਸਿਰਫ ਕਾਮੇਡੀ ਫਿਲਮਾਂ ਹੀ ਬਣਦੀਆਂ ਨੇ ਕਿਸੇ ਵੀ ਫਿਲਮ ਦਾ ਬਜਟ ਵੱਡਾ ਨਹੀਂ ਹੁੰਦਾ ਕਿਸੇ ਵੀ ਫਿਲਮ ਨੂੰ ਲੈ ਕੇ ਐਕਸਪੈਰੀਮੈਂਟ ਨਹੀਂ ਹੁੰਦੇ ਬਟ ਪਿਛਲੇ ਹਫਤੇ ਨਾਲ ਸਟੂਡੀਓਸ ਤੇ ਰਿਦਮ ਵਾਇਸ ਦੇ ਬੈਨਰੇਟ ਬਣੀ ਫਿਲਮ ਮੋਡ ਸਿਨੇਮਾ ਕਰਨ ਦੇ ਵਿੱਚ ਰਿਲੀਜ਼ ਹੋਈ ਤੇ ਇਸ ਫਿਲਮ ਦੇ ਵਿੱਚ ਸਾਨੂੰ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ ਭੈਣ ਲਈ ਪ੍ਰਾਤ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ ਪਰ ਵੀਰੇ ਤੂੰ ਤੂੰ ਤਾਂ ਜਮਾਈ ਕੰਡ ਨਹੀਂ ਵੀ ਕਰਲੀ ਕਿਸਾ ਪੰਜਾਬ ਸਿਕੰਦਰ ਤੇ ਸਾਡੇ ਵਾਲੇ ਵਰਗੀਆਂ ਫਿਲਮਾਂ ਡਾਇਰੈਕਟ ਕਰ ਚੁੱਕੇ ਜਤਿੰਦਰ ਮੋੜ ਨੇ ਇਸ ਫਿਲਮ ਲਈ 7 ਸਾਲ ਦੀ ਰਿਸਰਚ ਕੀਤੀ ਫਿਲਮ ਦੀ ਸਟੋਰੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਜੋਣਾ ਮੋੜ ਕੌਣ ਸੀ ਤੇ ਕਿਵੇਂ ਆਇਆ ਸੀ ਬਟ ਜਿਸ ਤਰੀਕੇ ਨਾਲ ਇਸ ਫਿਲਮ ਨੂੰ ਲਿਖਿਆ ਗਿਆ ਤੇ ਸਕਰੀਨ ਤੇ ਦਰਸਾਇਆ ਗਿਆ ਉਹ ਆਪਣੇ ਆਪ ਦੇ ਵਿੱਚ ਕਾਬਿਲ ਤਾਰੀਫ ਹੈ ਫਿਲਮ ਦੇ ਵਿੱਚ ਕੁਝ ਟੈਕਨੀਕਲ ਫਲੋਜ਼ ਨੇ ਬਟ ਜਿਹੜੇ ਨਾਰਮਲ ਆਡੀਅਨ ਨੂੰ ਪਤਾ ਨਹੀਂ ਲੱਗਦੇ ਫਿਲਮ ਦੇ ਡੀਓਪ ਵਿਨਿਤ ਮਲੋਤਰਾ ਨੇ ਵੀ ਹਰ ਫਰੇਮ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਕੈਪਚਰ ਕੀਤਾ ਜੋ ਕਿ ਆਪਣੇ ਆਪ ਦੇ ਵਿੱਚ ਕਾਬਿਲ ਤਾਰੀਫ ਹੈ ਸੋ ਫਿਲਮ ਦੇ ਫਰਸਟ ਹਾਫ ਦੇ ਵਿੱਚ ਪਹਿਲੇ 15-20 ਮਿੰਟ ਦੇ ਵਿੱਚ ਕਰੈਕਟਰ ਬਹੁਤ ਹੀ ਸੋਹਣੇ ਤਰੀਕਿਆਂ ਨਾਲ ਸਟੈਬਲਿਸ਼ ਹੁੰਦੇ ਨੇ। ਦੇਵ ਕਰੋੜ ਜਿਨ੍ਹਾਂ ਨੇ ਕਿਸ਼ਨਾ ਮੋਡ ਦਾ ਕਰੈਕਟਰ ਨਹੀਂ ਪਾਇਆ ਉਹ ਵੀ ਆਪਣੇ ਕਰੈਕਟਰ ਨਾਲ ਬਹੁਤ ਹੀ ਚੰਗੀ ਤਰ੍ਹਾਂ ਜਸਟਿਸ ਕਰਦੇ ਨੇ ਤੇ ਲੋਕਾਂ ਨੂੰ ਦੇਵ ਕਰੋੜ ਦਾ ਕੰਮ ਵੀ ਬਹੁਤ ਪਸੰਦ ਆ ਰਿਹਾ। ਸੋ ਜੇ ਆਪਾਂ ਗੱਲ ਕਰੀ ਐਮੀ ਵਿਰਕ ਦੀ, ਦੈਨ ਹਰਜੀਤਾ ਤੋਂ ਬਾਅਦ ਮੈਨੂੰ ਪਰਸਨਲੀ ਇਹ ਲੱਗੇ ਕਿ ਐਮੀ ਨੇ ਆਪਣੇ ਕਿਸੇ ਕਰੈਕਟਰ ਨੂੰ ਲੈ ਕੇ ਵੈਨਤ ਕੀਤੀ ਆ। ਸੋ ਜੀਓਨੋ ਮੋਡ ਦੇ ਕਰੈਕਟਰ ਨੂੰ ਐਮੀ ਨੇ ਵੀ ਆਪਣੇ ਵੱਲੋਂ ਪੂਰਾ ਜਸਟਿਸ ਕਰਨ ਦੀ ਕੋਸ਼ਿਸ਼ ਕੀਤੀ। ਜੇ ਗੱਲ ਕਰੀ ਫਿਲਮ ਦੀ ਬਾਕੀ ਸਟਾਰ ਕਾਸਟ ਦੀ ਦੈਨ ਅਮੀਕ ਵਰਕ ਵਿਕਰਮਜੀਤ ਵਰਕ ਜਰਨੈਲ ਸਿੰਘ ਮਾਰਕਰੰਦਾਵਾ ਨਾਇਕਰਾ ਪਰਮਵੀਰ ਸਿੰਘ ਇਹਨਾਂ ਸਾਰਿਆਂ ਵੱਲੋਂ ਹੀ ਆਪਣੇ ਕਰੈਕਟਰਸ ਦੇ ਨਾਲ ਜਸਟਿਸ ਕੀਤਾ ਗਿਆ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਫਿਲਮ ਦੇ ਪ੍ਰੋਡਕਸ਼ਨ ਤੇ ਆਰਟ ਡਾਇਰੈਕਟਰ ਕਾਜ਼ੀ ਰਫੀਕ ਅਲੀ ਤੇ ਫਿਲਮ ਦੀ ਕੋਸਟਮ ਡਿਜ਼ਾਈਨਰ ਤਰਜਿੰਦਰ ਕੌਰ ਐਪਰੀਸ਼ੀਏਸ਼ਨ ਡਿਸਰਵ ਕਰਦੇ ਨੇ ਬਿਕੋਜ਼ ਫਿਲਮ ਦਾ ਹਰ ਫਰੇਮ ਆਰਟ ਦਾ ਕੰਮ ਫਿਲਮ ਦੇ ਵਿੱਚ ਬਹੁਤ ਸੋਹਣਾ ਸੀ ਤੇ ਫਿਲਮ ਦੇ ਵਿੱਚ ਕੋਸਟਮਸ ਵੀ ਉਸ ਟਾਈਮ ਦੇ ਅਕੋਰਡਿੰਗ ਬਹੁਤ ਸੋਹਣੇ ਡਿਜ਼ਾਈਨ ਕੀਤੇ ਗਏ ਸੋ ਜੇ ਆਪਾਂ ਗੱਲ ਕਰੀਏ ਕਨਫਿਊਜ਼ਨ ਦੀ ਜੁਆਇਸ ਫਿਲਮ ਨੂੰ ਲੈ ਕੇ ਚੱਲ ਰਹੀ ਹੈ ਐਮੀ ਨੂੰ ਲੈ ਕੇ ਚੱਲ ਰਹੀ ਹੈ ਸੋ ਲੋਕਾਂ ਦਾ ਮੰਨਣਾ ਹੈ ਕਿ ਐਮੀ ਵਾਲਾ ਕਰੈਕਟਰ ਦੇਵ ਖਰੋੜ ਨੂੰ ਕਰਨਾ ਚਾਹੀਦਾ ਸੀ ਬਟ ਜੇ ਆਪਾਂ ਫੈਕਟਸ ਦੀ ਗੱਲ ਕਰੀਏ ਜੇ ਆਪਾਂ ਮੋੜ ਪਿੰਡ ਦੇ ਲੋਕਾਂ ਦੇ ਇੰਟਰਵਿਊ ਸੁਣੀਏ ਦੈਨ ਉਹਨਾਂ ਦੇ ਅਕੋਰਡਿੰਗ ਕਿਸ਼ਨਾ ਮੋੜ ਜੋ ਕਿ ਕਰੈਕਟਰ ਦੇਵ ਖਰੋੜ ਨੇ ਨਿਭਾਇਆ ਕਿਸ਼ਨਾ ਦੀ ਹਾਈਟ 6 ਫੁੱਟ 2 ਇੰਚ ਸੀਗੀ ਸੋ ਉਸ ਅਕੋਰਡਿੰਗ ਫਿਲਮ ਦੇ ਡਾਇਰੈਕਟਰ ਨੇ ਦੇਵ ਖਰੋੜ ਨੂੰ ਕਾਸਟ ਕੀਤਾ ਜੇ ਗੱਲ ਕਰੀਏ ਜੋਣਾ ਮੋੜ ਦੀ ਦੈਨ ਪਿੰਡ ਦੇ ਲੋਕਾਂ ਦੇ ਅਕੋਰਡਿੰਗ ਜੋਣੇ ਮੋੜ ਦੀ ਹਾਈਟ 5 ਕੋਈ ਵੀ ਡਾਇਰੈਕਟਰ ਜਦੋਂ ਫਿਲਮ ਬਣਾਉਂਦਾ ਹੈ ਦੈਨ ਉਹ ਪ੍ਰੋਪਰ ਰਿਸਰਚ ਤੇ ਪ੍ਰੋਪਰ ਇਫੈਕਟ ਇਕੱਠੇ ਕਰਕੇ ਬਣਾਉਂਦਾ ਹੈ ਸੋ ਪੂਰੀ ਟੀਮ ਨੇ ਆਪਣੀ ਮਿਹਨਤ ਕੀਤੀ ਆ ਸੋ ਉਹ ਆਪਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਦਿਖ ਵੀ ਰਹੀ ਆ ਸੋ ਅਸੀਂ ਉਮੀਦ ਇਹੀ ਕਰਦੇ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਇਹੋ ਜਿਹੀ ਫਿਲਮਾਂ ਹੋਰ ਬਣਨ ਤਾਂ ਕਿ ਪੰਜਾਬੀ ਸਿਨੇਮਾ ਦਾ ਲੈਵਲ ਵੱਡਾ ਹੋਵੇ ਸੋ ਜੇ ਤੁਸੀਂ ਫਿਲਮ ਨਹੀਂ ਦੇਖੀ ਦੈਨ ਦੇਖ ਸਕਦੇ ਹੋ ਤੇ ਆਪਣੇ ਰਿਵਿਊ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤਦ ਤੱਕ ਦੇ ਲਈ ਦੇਖਦੇ ਰਹੋ ਗੱਬਰੂ ਟੀਵੀ ਥੈਂਕ ਯੂ